ਜਿਹੜੇ ਵੀਰ ਚੜ੍ਹਦੀ ਉਮਰੇ ਬਾਹਰ ਗਏ ਨਾ ਵਿਦੇਸ਼ਾਂ ਦੇ ਵਿੱਚ ਅਤੇ ਮੁੜਿਆ ਨਹੀਂ ਗਿਆ ਕੁਝ ਕਾਰਨਾਂ ਕਰਕੇ, ਜਵਾਨੀ ਲੰਘ ਗਈ, ਉਹਨਾਂ ਦੇ ਦਿਲ ਦੀ ਕਹਿਣ ਲੱਗਿਆ ਅੱਜ। ਹੋ ਜ਼ਿੰਦਗੀ ਦੇ ਕਿੰਨੇ ਵਰੇ ਕੱਲਿਆਂ ਹੰਗਾਲ 'ਤੇ, ਕਰਜ਼ 'ਚ ਕੁਝ ਰਹਿੰਦੇ ਗੋਰਿਆਂ 'ਚ ਗਾਲ 'ਤੇ, ਦਿਲ ਵਾਲਾ ਦੁੱਖ ਹੋ ਦਿਲ ਵਾਲਾ ਦੁੱਖ ਦਿਲ ਫਿਰੇ ਅੱਜ ਕਹਿਣ ਨੂੰ, ਸਾਡਾ ਵੀ ਤਾਂ ਦਿਲ ਕਰੇ ਮਾਂ ਕੋਲੇ ਪੈਣ ਨੂੰ। ਹੋ ਜਿੰਦ ਤਪਦੀ ਦੁਪਹਿਰ ਕੋਈ ਰੁੱਖ ਲਿਖ ਦਿੰਦਾ, ਹੋ ਰੱਬਾ ਸਾਡੇ ਵੀ ਨਸੀਬਾਂ ਵਿੱਚ ਸੁੱਖ ਲਿਖ ਦਿੰਦਾ, ਵੰਡ ਕੇ ਕਿਸੇ ਨੂੰ ਸਾਡਾ ਦੁੱਖ ਲਿਖ ਦਿੰਦਾ। ਕੋਈ 8 ਘੰਟੇ ਕੰਮ ਕਰ, ਦਿਨ ਰਾਤ ਕਰਦੇ ਹਾਂ, 2 ਟੁੱਕ ਰੋਟੀ ਲਈ ਟੁੱਟ ਟੁੱਟ ਮਾਰਦੇ ਹਾਂ, ਮਾਰ ਕੇ ਸ਼ਰੀਕ ਮਹਿਣਾ ਲਾਂਬੂ ਜਾਂਦਾ ਲਾਏ, ਮਰ ਜਾਣ ਮਾਪੇ ਪਿੱਛੋਂ ਤਾਂ ਵੀ ਹੁੰਦਾ ਨਹੀਂ ਹੋਇਆ ਜੇ, ਹੋ ਪਰਦੇਸੀਆਂ ਨੂੰ ਕਾਤੋਂ ਇੰਨੇ ਦੁੱਖ ਲਿਖ ਦਿੰਦਾ, ਹੋ ਰੱਬਾ ਸਾਡੇ ਵੀ ਨਸੀਬਾਂ ਵਿੱਚ ਸੁੱਖ ਲਿਖ ਦਿੰਦਾ, ਵੰਡ ਕੇ ਕਿਸੇ ਨੂੰ ਸਾਡਾ ਦੁੱਖ ਲਿਖ ਦਿੰਦਾ। ਖੋਰੇ ਕਿੰਜ ਹੋਲੀਆਂ ਲੋਹੜੀਆਂ ਵਿਸਾਖੀਆਂ, ਕੰਮਾਂ ਕਾਰਾਂ ਵਿੱਚ ਰਹਿ ਕੇ ਇਕੱਲਿਆਂ ਹੀ ਵੇਖੀਆਂ, ਤੱਕ ਤੱਕ ਰਾਵਾਂ ਮੇਰੀ ਮਾਂ ਬੁੱਢੀ ਹੋ ਗਈ, ਨਿੱਕੀ ਜਿਹੀ ਸੀ ਧੀ ਹੋਵੇ ਆਉਣ ਜੋਗੀ ਹੋ ਗਈ। ਹੋ ਕਿਉਂ ਤੂੰ ਇੱਕ ਨੂੰ ਤੂੰ ਲੱਖ ਦੂਜਾ ਕੱਖ ਲਿਖ ਦਿੰਦਾ, ਹੋ ਰੱਬਾ ਸਾਡੇ ਵੀ ਨਸੀਬਾਂ ਵਿੱਚ ਸੁੱਖ ਲਿਖ ਦਿੰਦਾ, ਵੰਡ ਕੇ ਕਿਸੇ ਨੂੰ ਸਾਡਾ ਦੁੱਖ ਲਿਖ ਦਿੰਦਾ। ਬਚਪਨ ਬਰੂਹਾਂ 'ਚ ਪਟੋਕੀਆਂ ਨਾ ਲੰਘਿਆ, ਕੁਝ ਵੀ ਨਾ ਦਿੱਤਾ ਰੱਬਾ ਜੋ ਵੀ ਤੇਥੋਂ ਮੰਗਿਆ, ਹੋ ਇੱਕ ਦਿਨ ਘਰੇ ਜਾਣਾ ਮਨ ਵਿੱਚ ਆਸੇ, ਖੌਰੇ ਕਿੰਨਾ ਲਿਖਿਆ ਏ ਸਾਨੂੰ ਬਨਵਾਸੇ, ਹੋ ਥੋੜੀ ਘਰੇ ਬਹਿ ਕੇ ਖਾਂਦੇ ਅਸੀਂ ਭੁੱਖ ਲਿਖ ਦਿੰਦਾ, ਹੋ ਰੱਬਾ ਸਾਡੇ ਵੀ ਨਸੀਬਾਂ ਵਿੱਚ ਸੁੱਖ ਲਿਖ ਦਿੰਦਾ, ਵੰਡ ਕੇ ਕਿਸੇ ਨੂੰ ਸਾਡਾ ਦੁੱਖ ਲਿਖ ਦਿੰਦਾ। ਸਲਿਊਟ ਮਾਨੇ ਪ੍ਰੀਏ ਵੱਲੋਂ ਉਹਨਾਂ ਸਾਰਿਆਂ ਵੀਰਾਂ ਨੂੰ ਜਿਨ੍ਹਾਂ ਨੇ ਮਿਹਨਤਾਂ ਕੀਤੀਆਂ ਨੇ ਅਤੇ ਡਟੇ ਪਏ ਨੇ ਅਜੇ ਤੱਕ।